ਬਾਲੀਵੁੱਡ ਦੇ ਸੁਪਰ ਸਟਾਰ ਸਨੀ ਦਿਓਲ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਗਈ ਹੈ ਅਤੇ ਸਨੀ ਦਿਓਲ ਦੇ ਜੱਦੀ ਪਿੰਡ ਸਾਹਨੇਵਾਲ ਦੇ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ। ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਜਿੱਥੇ ਸਨੀ ਦਿਓਲ ਦਾ ਸਾਹਨੇਵਾਲ ਦੇ ਵਿੱਚ ਜਨਮ ਹੋਇਆ ਉੱਥੇ ਪਟਾਕੇ ਚਲਾ ਕੇ ਲੱਡੂ ਵੰਡ ਕੇ ਅੱਜ ਖੁਸ਼ੀਆਂ ਮਨਾਈਆਂ ਜਾ ਰਹੀਆਂ ਅਤੇ ਗੁਰਦਾਸਪੁਰ ਤੋਂ ਕਿਹਾ ਜਾ ਰਿਹਾ ਕਿ ਸਨੀ ਦਿਓਲ ਜਿਹੜੇ ਹੈਗੇ ਆ ਗੁਰਦਾਸਪੁਰ ਤੋਂ ਚੁਣਾਵ ਲੜੂੰਗੇ ਅਤੇ ਸਨੀ ਦਿਓਲ ਦੇ ਜੱਦੀ ਪਿੰਡ ਜਿਹੜੇ ਹੈਗੇ ਆ ਖੁਸ਼ੀਆਂ ਮਨਾਈਆਂ ਜਾ ਰਹੀਆਂ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀ ਸਨੀ ਦਿਓਲ ਦੇ ਹੱਕ ਦੇ ਵਿੱਚ ਕਿੱਦਾਂ ਖੁਸ਼ੀਆਂ ਮਨਾ ਰਹੇ ਨੇ। ਸਨੀ ਦਿਓਲ ਦਾ ਜਨਮ ਇੱਥੇ ਹੋਇਆ। ਹਾਂਜੀ, ਕੀ ਕਹਿਣਾ ਚਾਹੁੰਦੇ ਜੀ ਅੱਜ ਕਾਹਦੇ ਵਾਸਤੇ ਕਰਵਾਇਆ ਜਾ ਰਿਹਾ? ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਸਨੀ ਦਿਓਲ ਨੂੰ ਗੁਰਦਾਸਪੁਰ ਤੋਂ ਬੀਜੇਪੀ ਦੀ ਟਿਕਟ 'ਤੇ ਅਨਾਊਂਸ ਕੀਤਾ। ਇਹ ਸਾਹਨੇਵਾਲ ਨਗਰ ਵਾਸੀਆਂ 'ਚ ਬਹੁਤ ਖੁਸ਼ੀ ਦਾ ਦਿਨ ਆ। ਸਨੀ ਦਿਓਲ ਅਤੇ ਧਰਮਿੰਦਰ ਨੇ ਪੂਰੀ ਪੰਜਾਬੀਅਤ ਦਾ ਅਤੇ ਸਾਹਨੇਵਾਲ ਦਾ ਅਤੇ ਪੰਜਾਬ ਦਾ ਨਾਂ ਦੁਨੀਆ ਦੇ ਵਿੱਚ ਪੂਰਾ ਰੋਸ਼ਨ ਕੀਤਾ। ਇਹਦੇ ਵਿੱਚ ਸਾਹਨੇਵਾਲ ਨਿਵਾਸੀਆਂ ਦੇ ਵਿੱਚ ਬਹੁਤ ਖੁਸ਼ੀ ਇਸ ਵੇਲੇ ਮਨਾਈ ਜਾਂਦੀ ਹੈ। ਜੱਥੇ ਬੰਨ ਕੇ ਅਸੀਂ ਗੁਰਦਾਸਪੁਰ ਸਨੀ ਦਿਓਲ ਦੀ ਇਲੈਕਸ਼ਨ ਦੇ ਵਿੱਚ ਜਾਵਾਂਗੇ ਅਤੇ ਪੂਰੀ ਬਹੁਮਤ ਦੇ ਨਾਲ ਸਨੀ ਦਿਓਲ ਨੂੰ ਜਿਤਾਵਾਂਗੇ। ਸਨੀ ਦਿਓਲ ਦਾ ਬਚਪਨ ਜਿਹੜਾ ਹੈਗਾ ਸਾਹਨੇਵਾਲ ਦੇ ਵਿੱਚ ਬੀਤਿਆ, ਕਿਸ ਤਰ੍ਹਾਂ ਦੀ ਯਾਦਾਂ ਹੈਗੀਆਂ? ਸਨੀ ਦਿਓਲ ਕਦੀ ਆਏ ਨੇ, ਧਰਮਿੰਦਰ ਦਾ ਆਉਂਦੇ ਜਾਂਦੇ ਰਹੇ ਨੇ ਇੱਥੇ, ਸਨੀ ਦਿਓਲ ਨਾਲ ਪਿੰਡ ਵਾਲਿਆਂ ਦੀ ਕਿਸ ਤਰ੍ਹਾਂ ਦੀ ਯਾਦਾਂ ਵਾ? ਸਨੀ ਦਿਓਲ ਵੀ ਬਹੁਤ ਗੇਰੀ ਇੱਥੇ ਆਏ ਨੇ, ਬੌਬੀ ਦਿਓਲ ਜੀ ਬਹੁਤ ਗੇਰੀ ਆਏ ਨੇ, ਧਰਮਿੰਦਰ ਜੀ ਵੀ ਇੱਥੇ ਬਹੁਤ ਗੇਰੀ ਆਏ ਨੇ ਅਤੇ ਬਹੁਤ ਹੀ ਸਤਿਕਾਰ ਹੁੰਦਾ ਜੇ ਬੰਬੇ ਕੋਈ ਸਾਹਨੇਵਾਲ ਦਾ ਜਾਂਦਾ ਦੇ ਆਲੇ ਦੁਆਲੇ ਦੇ ਇਲਾਕੇ ਦਾ ਵੀ ਕੋਈ ਬੰਦਾ ਬੰਬੇ ਜਾਂਦਾ ਤਾਂ ਉਹਨਾਂ ਦਾ ਬਹੁਤ ਸਤਿਕਾਰ ਹੁੰਦਾ। ਅਸੀਂ ਇਸ ਸਤਿਕਾਰ ਦਾ ਮੁੱਲ ਇਕੱਲੀ ਇਕੱਲੀ ਵੋਟ ਗੁਰਦਾਸਪੁਰ ਦੀ ਪਵਾ ਕੇ ਮੋੜਾਂਗੇ। ਅਤੇ ਹੁਣ ਕਿਸ ਤਰ੍ਹਾਂ ਦੀ ਸੈਲੀਬ੍ਰੇਸ਼ਨ ਕਰ ਰਹੇ ਹੋ ਤੁਸੀਂ ਅੱਜ? ਸਨੀ ਦਿਓਲ ਵੱਲੋਂ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਗਈ ਹੈ ਅਤੇ ਗੁਰਦਾਸਪੁਰ ਤੋਂ ਕਿਹਾ ਜਾ ਰਿਹਾ ਕਿ ਟਿਕਟ ਉਹਨਾਂ ਨੂੰ ਦਿੱਤੀ ਜਾਵੇਗੀ। ਅੱਜ ਸਾਹਨੇਵਾਲ ਤੋਂ ਬੱਚਾ ਬੱਚਾ, ਮਾਤਾ ਭੈਣਾਂ, ਬਜ਼ੁਰਗ, ਮੇਰੇ ਭਰਾ ਸਾਰੇ, ਪੂਰੀ ਸੈਲੀਬ੍ਰੇਸ਼ਨ ਬੀਜੇਪੀ, ਅਕਾਲੀ ਦਲ ਅਤੇ ਆਮ ਪਬਲਿਕ ਵੀ ਜਿਹੜੀ ਕਿਸੇ ਪਾਰਟੀ ਨਾਲ ਰਿਲੇਟਡ ਨਹੀਂ ਹੈ ਉਹ ਵੀ ਬਹੁਤ ਖੁਸ਼ੀ ਮਨਾ ਰਹੀ ਹੈ। ਇੱਥੇ ਲੱਡੂ ਵੰਡ ਕੇ, ਪਟਾਕੇ ਚਲਾ ਕੇ ਸਾਹਨੇਵਾਲ ਦੇ ਵਿੱਚ ਬਹੁਤ ਖੁਸ਼ੀ ਮਨਾਈ ਜਾ ਰਹੀ ਹੈ। ਕੁਝ ਹੋਰ ਵੀ ਪਿੰਡ ਵਾਸੀ ਮੌਜੂਦ ਨੇ, ਯੂਥ ਮੌਜੂਦ ਹੈ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਸਨੀ ਦਿਓਲ ਦੇ ਤੁਸੀਂ ਜੱਦੀ ਪਿੰਡ ਦੇ ਹੋ, ਬਚਪਨ ਇੱਥੇ ਬੀਤਿਆ, ਕਿਸ ਤਰ੍ਹਾਂ ਦੀ ਖੁਸ਼ੀਆਂ ਵਾ ਅੱਜ ਉਹਨਾਂ ਦੇ ਵੱਲੋਂ ਚੁਣਾਵ ਲੜਿਆ ਜਾ ਰਿਹਾ? ਅੱਜ ਜਿੱਥੇ ਸਮੁੱਚੇ ਦੇਸ਼ ਲਈ ਮਾਣ ਦੀ ਗੱਲ ਹੈ, ਇੱਕ ਉੱਥੇ ਸਾਹਨੇਵਾਲ ਪਿੰਡ ਨੂੰ ਵੀ ਬਹੁਤ ਬੜੀ ਮਾਣ ਦੀ ਗੱਲ ਹੈ ਕਿ ਅੱਜ ਉਹਨਾਂ ਨੂੰ ਸਾਹਨੇ ਆਪਣੇ ਟਿਕਟ ਦੇ ਕੇ ਜੋ ਬੀਜੇਪੀ ਨੇ ਗੁਰਦਾਸਪੁਰ ਤੋਂ ਨਿਵਾਜੇ ਆ, ਔਰ ਸਾਰੇ ਪਿੰਡ 'ਚ ਇੱਕ ਖੁਸ਼ੀ ਦਾ ਮਾਹੌਲ ਆ, ਔਰ ਜਿੱਥੇ ਪਿੰਡ ਦਾ ਨਾਂ ਉੱਚਾ ਹੋਊਗਾ ਉੱਥੇ ਸਾਰੇ ਪੰਜਾਬ ਦਾ ਨਾਂ ਰੋਸ਼ਨ ਕਰਕੇ ਸਮੁੱਚੀ ਪੰਜਾਬੀਅਤ ਦਾ ਹਿੰਦੁਸਤਾਨ ਦੇ ਵਿੱਚ ਡਾਂਕਾ ਬੋਲੂਗਾ, ਔਰ ਮੋਦੀ ਜੀ ਨੂੰ ਜਿੱਤ ਕੇ ਉਹਨਾਂ ਦੇ ਹੱਥ ਮਜ਼ਬੂਤ ਕਰਨਗੇ। ਉੱਥੇ ਅਸੀਂ ਭਾਜਪਾ ਨੂੰ ਵੀ ਵਧਾਈ ਦਿੰਦੇ ਹਾਂ ਅਤੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਇਸ ਲਈ ਵਚਨਬੱਧ ਆ ਕਿ ਇੱਕ ਇੱਕ ਵੋਟ ਪਵਾ ਕੇ ਅਸੀਂ ਗੁਰਦਾਸਪੁਰ ਤੋਂ ਉਹਨਾਂ ਨੂੰ ਜਿਤਾ ਕੇ ਭੇਜਾਂਗੇ। ਸਾਹਨੇਵਾਲ ਤੋਂ ਕਿੰਨੇ ਜਿਹੜੇ ਲੋਕ ਨੇ ਪ੍ਰਚਾਰ ਦੇ ਵਿੱਚ ਜਾ ਸਕਦੇ ਨੇ ਉੱਥੇ ਸਨੀ ਦਿਓਲ ਦੇ ਹੱਕ 'ਚ? ਸਾਹਨੇਵਾਲ ਤੋਂ ਘੱਟੋ ਘੱਟ 200 ਬੰਦੇ ਦੇ ਲਗਭਗ ਪ੍ਰਚਾਰ 'ਚ ਜਾਊਗਾ, ਜਿਹਦੇ 'ਚ ਮਹਿਲਾਵਾਂ ਵੀ ਹੋਣਗੀਆਂ, ਨੌਜਵਾਨ ਵੀ ਹੋਣਗੇ, ਬਜ਼ੁਰਗ ਵੀ ਹੋਣਗੇ, ਕੁਝ ਧਰਮਿੰਦਰ ਜੀ ਦੇ ਪਰਸਨਲ ਜਿਹੜੇ ਦੋਸਤ ਉਰੇ ਰਹਿੰਦੇ ਨੇ ਉਹ ਵੀ ਆਪਣੇ ਤੌਰ 'ਤੇ, ਅੱਜ ਉਹਨਾਂ 'ਚ ਵੀ ਬਹੁਤ ਖੁਸ਼ੀ ਦਾ ਮਾਹੌਲ ਆ, ਉਹ ਵੀ ਪਰਸਨਲ ਤੌਰ 'ਤੇ ਪ੍ਰਚਾਰ ਕਰਨ ਜਾਣਗੇ। ਜੀ ਬਿਲਕੁਲ, ਇਹ ਸੀਗੇ ਸਾਹਨੇਵਾਲ ਦੇ ਨਿਵਾਸੀ ਜਿਹੜੇ ਸਨੀ ਦਿਓਲ ਦੇ ਹੱਕ ਦੇ ਵਿੱਚ ਅੱਜ ਖੁਸ਼ੀਆਂ ਮਨਾ ਰਹੇ ਨੇ। ਉਹਨਾਂ ਦਾ ਕਹਿਣਾ ਕਿ ਗੁਰਦਾਸਪੁਰ ਤੋਂ ਸਨੀ ਦਿਓਲ ਦੇ ਪ੍ਰਚਾਰ ਦੇ ਵਿੱਚ ਵੱਡੀ ਗਿਣਤੀ ਤੋਂ ਸਾਹਨੇਵਾਲ ਦੇ ਵਿੱਚ ਲੋਕ ਜਾਣਗੇ ਅਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਤੋਂ ਜਿਤਾਉਣ ਦੀ ਗੱਲਾਂ ਕੀਤੀਆਂ ਜਾ ਰਹੀਆਂ, ਕਿਉਂਕਿ ਸਨੀ ਦਿਓਲ ਨੂੰ ਜਿਤਾ ਕੇ ਨਰਿੰਦਰ ਮੋਦੀ ਨੂੰ ਇੱਕ ਵਾਰ ਦੁਬਾਰਾ ਤੋਂ ਪ੍ਰਧਾਨ ਮੰਤਰੀ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸਨੀ ਦਿਓਲ ਦੇ ਜੱਦੀ ਪਿੰਡ ਸਾਹਨੇਵਾਲ ਦੇ ਵਿੱਚ ਹੈ ਜਿੱਥੇ ਸਨੀ ਦਿਓਲ ਦਾ ਬਚਪਨ ਬੀਤਿਆ, ਧਰਮਿੰਦਰ ਦਾ ਜਨਮ ਜਿੱਥੇ ਹੋਇਆ ਉਹੀ ਸਾਹਨੇਵਾਲ ਦਾ ਪਿੰਡ ਹੈ। ਇਸ ਤੋਂ ਕੁਛ ਦੂਰੀ 'ਤੇ ਸਨੀ ਦਿਓਲ ਦਾ ਘਰ ਹੈ ਜਿੱਥੇ ਸਨੀ ਦਿਓਲ ਦਾ ਬਚਪਨ ਬੀਤਿਆ, ਅਤੇ ਇਹ ਸਨੀ ਦਿਓਲ ਦੇ ਮੁਹੱਲੇ ਦੇ ਨਿਵਾਸੀ ਨੇ ਜਿਹੜੇ ਅੱਜ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਉਹਨਾਂ ਨੂੰ ਗੁਰਦਾਸਪੁਰ ਤੋਂ MP ਦੇ ਚੋਣ ਲੜਨ ਜਾ ਰਹੇ ਨੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕ ਟਾਲ, ਦੈਨਿਕ ਸਵੇਰਾ TV, ਸਾਹਨੇਵਾਲ।